ਕਿੰਨੇ ਦਿਨ ਤੋਂ ਇੱਥੇ ਧਰਨੇ 'ਤੇ ਬੈਠੇ ਹੋ, ਕੀ ਮਸਲਾ ਸੀਗਾ, ਔਰ ਕੋਈ ਤੁਸੀਂ ਕੋਈ ਵੀਡੀਓ ਜਿਹੜੀ ਉਹਨਾਂ ਨੇ ਬਣਾਈ ਸੀ, ਕੋਈ ਤੁਹਾਨੂੰ ਲੱਗਾ ਕਿ ਉਹ ਤੁਸੀਂ ਮਿਲੀ ਕਿਸੇ ਨੂੰ? ਪੁਲਿਸ ਨੇ ਘੁੱਟ ਲਈ ਹੈ, ਇਹ ਦੇਖੋ ਜੀ, ਇਹ ਸਭ ਇਸ਼ਾਰੇ 'ਚ ਹੋ ਰਿਹਾ, 57 ਲਗਾ ਕੇ ਭੇਜਤੀ ਹੈ, ਔਰ ਜੋ ਵੀਡੀਓ ਪਹਿਲੇ ਵਾਇਰਲ ਹੋ ਰਹੀ ਹੈ, ਹੈ ਨਾ, ਔਰ ਇਹ ਐਪਲੀਕੇਸ਼ਨ ਮੈਨੂੰ ਕੱਲ੍ਹ ਮਿਲ ਰਹੀ ਹੈ। ਇਹ 57 ਜੀ ਜਿਹੜੇ ਰਾਣਾ ਨੇ ਗੁੰਡੇ ਭੇਜੇ ਸੀ ਮੈਨੂੰ ਮਾਰਨ ਵਾਸਤੇ, ਦੋ ਸੀਗੇ, ਇੱਕ ਨੇ ਮੇਰੀ ਵੀਡੀਓ ਬਣਾਈ ਹੈ, ਦੂਜੇ ਨੇ ਮੈਨੂੰ ਜੁੱਤੀਆਂ ਮਾਰੀ ਹੈ, ਜੁੱਤੀਆਂ ਮਾਰ ਰਿਹਾ ਮੂੰਹ 'ਤੇ, ਇਹ ਦੇਖੋ ਮੇਰੇ ਨਿਸ਼ਾਨ, ਇੱਕ ਜਿਹੜਾ ਫੜਿਆ ਉੱਥੇ 57 ਕੀਤੀ ਹੈ। ਮੈਂ ਕਹਿ ਰਹੀ ਹਾਂ, ਮੈਂ ਭਨੌੜ ਦੀ ਦੁਕਾਨ ਦੇ ਉੱਤੇ ਟਾਈਪਿਸ ਵਾਲੇ ਕੋਲ ਟਾਈਪ ਕਰਵਾ ਰਹੀ ਹਾਂ, ਇਹਨਾਂ ਨੇ ਲਿਖਿਆ ਜੀ ਛਾਲਾ ਮਾਰ ਬਾਗ, ਤੂੰ ਮੈਂ ਹੋਈ, ਕਿਹਦੀ ਤੂੰ ਮੈਂ ਹੋਈ? ਮੈਂ ਪੁਲਿਸ ਨੂੰ ਪੁੱਛਣਾ ਚਾਹੁੰਦੀ ਹਾਂ, SHO ਸਾਹਿਬ ਨੂੰ ਪੁੱਛਣਾ ਚਾਹੁੰਦੀ ਹਾਂ, ਡਿਪਟੀ ਸਾਹਿਬ ਨੂੰ ਪੁੱਛਣਾ ਚਾਹੁੰਦੀ ਹਾਂ, SSP ਨੂੰ ਪੁੱਛਣਾ ਚਾਹੁੰਦੀ ਹਾਂ, ਕਿਹਦੀ ਤੂੰ ਮੈਂ ਹੋਈ? ਹਾਂਜੀ, ਉਹਨਾਂ ਨੇ ਕਿਹਾ ਕਿ ਤੂੰ ਮੈਂ ਹੋਈ, ਤੂੰ ਮੈਂ ਨਹੀਂ ਹੋਈ, ਸ਼ਾਲਾਮਾਰ ਬਾਗ ਨਹੀਂ ਹੋਈ, ਭਨੌੜ ਦੀ ਦੁਕਾਨ 'ਤੇ ਹੋਈ। ਇਹ ਦੇਖੋ, ਇਹ ਮੈਂ ਨਹੀਂ ਬੋਲਦੀ, ਇਹ ਪ੍ਰੂਫ, ਇਹ ਮੈਨੂੰ ਆਪਣੇ ਹੱਥ ਖੁਦ ਹੀ ਚੀਜ਼ਾਂ ਦੇ ਦਿੰਦੇ, ਆਪਣੇ ਹੱਥ ਵੜ ਕੇ, ਇਹ ਲਓ ਜੀ ਤੁਹਾਨੂੰ ਇਹ ਦੇ ਰਹੇ ਆ, ਵੀਡੀਓ ਪਹਿਲੇ ਬਣ ਰਹੀ ਹੈ, ਕਾਗਜ਼ ਮੈਨੂੰ ਕੱਲ੍ਹ ਦੇ ਰਹੇ ਆ, ਇਹ ਤੁਹਾਨੂੰ ਚਿੱਠਾ ਪਤਾ, ਇਹ ਦੇਖੋ ਲਓ, ਇਸ ਕਰ ਹਾਂਜੀ, ਮੈਂ ਤਾਂ ਲੋਕਾਂ ਨੂੰ, ਬਾਹਰ ਦੇ ਲੋਕਾਂ ਨੂੰ ਇਹ ਕਹਿ ਰਹੀ ਹਾਂ ਕਿ ਇੱਥੇ ਬਹੁਤ ਬੁਰਾ ਹਾਲ ਹੈ ਪੰਜਾਬ ਵਿੱਚ, ਇੱਥੇ ਮਤ ਆਉਣਾ, ਇੱਥੇ ਦਿਨੋ ਦਿਨ ਜਨਾਨੀਆਂ ਚੁੱਕਦੇ ਆ, ਦਿਨੋ ਦਿਨ ਗੁੰਡਾਗਰਦੀ ਕਰਦੇ ਆ, ਮਾਰਦੇ ਆ, ਔਰ ਮੇਰੀ ਇੱਜ਼ਤ ਨੂੰ ਹੱਥ ਪਾਇਆ, ਦੇਖੋ ਜੀ ਇਹ ਹੱਥ ਮੈਂ ਇੱਦਾਂ ਰੱਖਿਆ, ਇੱਦਾਂ ਮਾਰਦਾ ਸੀ, ਮੈਂ ਇੱਦਾਂ ਕਰਦੀ ਸੀ, ਫਿਰ ਉਹਨੇ ਮੇਰੀ ਕਮੀਜ਼ ਫੜੀ, ਇਹ ਹੱਥ ਮੇਰਾ ਸਾਫ਼ ਹੈ, ਇਹ ਹੱਥ ਮੇਰਾ, ਦੇਖੋ ਜੀ, ਹੈ ਨਾ, ਔਰ ਉਹ ਮੇਰੀ ਇੱਜ਼ਤ ਨੂੰ ਪਿਆ, ਅਤੇ ਬਣਾਈ ਕੀ ਜੀ 57, ਦੂਜਾ ਬੰਦਾ ਜਿਹੜਾ ਵੀਡੀਓ ਬਣਾਉਣ ਵਾਲਾ ਬਣਾਇਆ, ਇਹ ਉਹਦੇ 'ਤੇ ਕੀਤੀ ਹੈ, ਮੈਨੂੰ ਨਹੀਂ ਬੁਲਾਇਆ, ਮੈਨੂੰ ਕੀ ਪਤਾ ਤੁਸੀਂ ਉਹੀ ਫੜਿਆ ਕਿ ਕਿਹੜਾ ਫੜਿਆ, ਆਹ 57 ਤੁਹਾਡੀ ਜਮਾਨਤ ਇੱਥੇ ਹੀ ਹੋ ਜਾਂਦੀ ਸੀ ਥਾਣੇ 'ਚ, ਹੈ ਨਾ, ਮੇਨ ਇਹ ਮਾਰ ਕਰਦੀ ਹਾਂ ਕਿ ਜੋ ਇੱਥੇ ਇਹਨਾਂ 'ਤੇ ਪਰਚਾ ਹੋਵੇ, ਦੋਨੇ ਬੰਦੇ ਜਦ ਤੱਕ ਅਰੈਸਟ ਨਹੀਂ ਪੈਂਦੀ, ਮੈਨੂੰ ਇਨਸਾਫ਼ ਨਹੀਂ ਮਿਲਦਾ, ਰਾਣਾ ਸਾਹਿਬ ਜਿਹਨੇ ਭੇਜਿਆ ਉਹਨਾਂ 'ਤੇ ਕਾਰਵਾਈ ਨਹੀਂ ਹੁੰਦੀ, ਸਸਪੈਂਡ ਨਹੀਂ ਹੁੰਦੇ, ਤਦ ਤੱਕ ਮੇਰੀ ਕੋਈ ਇਨਸਾਫ਼ ਨਹੀਂ ਹੈ, ਮੈਨੂੰ ਤਾਂ ਮਿਲੇਗਾ। ਆਰੋਪ ਲੱਗ ਰਹੇ ਨੇ ਥਾਣਾ ਸਿਟੀ ਕਪੂਰਥਲਾ 'ਤੇ ਕਿ ਉਹਨਾਂ ਦੀ ਜਿਹੜੀ ਇੱਥੇ ਮਨਜ਼ੂਰ ਆ ਨਾ, ਉਹਨਾਂ ਦੀ ਕੰਪਲੇਂਟ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ। ਸੈਕਿੰਡ ਉਹ ਲੇਡੀ ਆਰੋਪ ਲਾ ਰਹੀ ਹੈ ਕਿ ਸਿਰਫ 57 ਕੀਤੀ ਗਈ ਆ, ਜਦਕਿ ਹੋਰ ਕਾਰਵਾਈ ਹੋਣੀ ਚਾਹੀਦੀ ਸੀ, ਉਹ ਨਹੀਂ ਕੀਤੀ ਗਈ। ਦੇਖੋ, ਲੇਡੀ ਹੈ ਸੁਸ਼ਮਾ ਆਨੰਦ, ਉਹਨਾਂ ਨੇ ਕੰਪਲੇਂਟ ਕੀਤੀ ਹੈ ਇੱਕ ਲੜਕੇ ਦੇ ਖਿਲਾਫ਼, ਉਹਨਾਂ ਨੂੰ ਨਾਮ ਵੀ ਨਹੀਂ ਸੀ ਪਤਾ, ਅਸੀਂ ਬੰਦਾ ਪਤਾ ਕੀਤਾ, ਬੰਦੇ ਦੇ ਅਗੇਂਸਟ ਕਾਰਵਾਈ ਕੀਤੀ ਹੈ, ਜੋ ਬਣਦੀ ਕਾਰਵਾਈ ਸੀ ਉਹ ਕਰ ਦਿੱਤੀ ਹੈ। ਜਿਹੜੀ ਦੂਜੀ ਤੁਸੀਂ ਕੰਪਲੇਂਟ ਕਹਿੰਦੇ ਹੋ ਮੈਡਮ ਮੰਜੂ ਰਾਣਾ ਜੀ ਵੱਲੋਂ, ਉਹਦੇ 'ਚ ਵੀ ਆਪਾਂ ਇਨਕੁਆਇਰੀ ਕਰ ਰਹੇ ਹਾਂ, ਜੋ ਇਨਕੁਆਇਰੀ 'ਚ ਤੱਥ ਆਉਣਗੇ ਸਾਹਮਣੇ ਉਹਦੇ ਮੁਤਾਬਕ ਉਹ ਵੀ ਕਾਰਵਾਈ ਕਰਤੀ ਜਾਊਗੀ। ਸਰ, ਕੋਈ ਵੀਡੀਓ ਜਿਹੜੀ ਲੇਡੀ ਵਾਰ ਵਾਰ ਕਹਿ ਰਹੀ ਹੈ ਕੋਈ ਵੀਡੀਓ ਬਣ ਕੇ ਗਈ ਹੈਗੀ ਜਾਂ ਮੋਬਾਈਲ ਉੱਤੇ ਵਾਇਰਲ ਹੋਈ ਹੈਗੀ? ਨਹੀਂ ਨਹੀਂ ਸਰ, ਤੁਸੀਂ ਦੱਸੋ, ਤੁਸੀਂ ਵੀ ਲੋਕਲ ਹੋ ਅਤੇ ਕਿਤੇ ਵੀ ਤੁਸੀਂ ਕੋਈ ਵੀਡੀਓ ਦੇਖੀ ਹੈ ਕਿਤੇ ਕੋਈ ਵਾਇਰਲ ਹੋਈ ਹੋਵੇ? ਇਹੋ ਜਿਹੀ ਕੋਈ ਵੀਡੀਓ ਨਹੀਂ ਆਈ ਜੀ, ਕੋਈ ਸੀਸੀਟੀਵੀ ਫੁਟੇਜ ਜੀ, ਕੋਈ ਸੀਸੀਟੀਵੀ ਫੁਟੇਜ ਜਿੱਥੇ ਝਗੜਾ ਹੋਇਆ ਹੋਵੇ? ਨਹੀਂ ਸਰ, ਸੀਸੀਟੀਵੀ ਝਗੜੇ ਵਾਲੀ ਜਗ੍ਹਾ ਜਿੱਥੇ ਉਹ ਦੱਸ ਰਹੇ ਨੇ ਵੀ ਝਗੜਾ ਹੋਇਆ, ਉੱਥੇ ਅੰਦਰ ਕੋਈ ਵੀ ਸੀਸੀਟੀਵੀ ਹੈ ਨਹੀਂ। ਧਰਨਾ ਇਸ ਕਰਕੇ ਲੱਗਿਆ ਕਿ ਜਿੱਦਣ ਦੁਸ਼ਹਿਰਾ ਸੀਗਾ, ਮੈਂ ਅਤੇ ਮੇਰੀ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ ਦੇਵੀ ਤਲਾਬ ਦੁਸ਼ਹਿਰਾ ਗਰਾਊਂਡ ਦੇ ਕੋਲ ਪਾਣੀ ਦੀ ਛਪੀਲ ਲਗਾਈ ਸੀਗੀ, ਅਸੀਂ ਲੋਕਾਂ ਨੂੰ ਪਾਣੀ ਪਿਲਾ ਰਹੇ ਸੀ। ਮੈਨੂੰ ਦੇਖ ਕੇ ਜਦੋਂ ਰਾਣਾ ਗੁਰਜੀਤ ਸਿੰਘ ਦੁਸ਼ਹਿਰੇ ਤੋਂ ਵਾਪਸ ਆ ਰਹੇ ਸੀ, ਇਹਨਾਂ ਨੇ ਸਪੈਸ਼ਲ ਗੱਡੀ ਉੱਥੇ ਰੋਕ ਲਿੱਤੀ, ਮੇਰੇ ਟੀਮ ਮੈਂਬਰਾਂ ਨੇ ਇਹਨਾਂ ਨੂੰ ਪਾਣੀ ਸਰਵ ਕੀਤਾ, ਉਹਨਾਂ ਦੇ ਉਹਨਾਂ ਨੂੰ ਹੱਥ ਮਾਰ ਕੇ ਕਹਿੰਦੇ ਕਿ ਮੈਡਮ ਮੰਜੂ ਰਾਣਾ ਨੂੰ ਬੁਲਾਓ, ਇਹਨਾਂ ਨੇ 3 ਵਾਰੀ ਕਿਹਾ। ਅੱਜ ਦਾ ਇਹ ਕਾਰਨ ਸੀਗਾ ਕਿ ਉਹਨਾਂ ਨੇ ਮੈਨੂੰ ਜਿਹੜੇ ਸੈਕਚੁਅਲੀ ਕਲਰਫੁਲ ਰਿਮਾਰਕਸ ਪਾਸ ਕੀਤੇ ਸੀ ਉਸ ਟਾਈਮ ਦੇ ਉੱਤੇ, ਉਹਦੇ ਲਈ ਮੈਂ ਥਾਣੇ ਦੇ ਵਿੱਚ 354A ਦੀ ਕੰਪਲੇਂਟ ਦਿੱਤੀ ਸੀ 9 ਤਰੀਕ ਨੂੰ, ਲੇਕਿਨ ਉਸ ਕੰਪਲੇਂਟ 'ਤੇ ਮੇਰੀ ਕੋਈ ਸੁਣਾਈ ਨਹੀਂ ਹੋਈ ਥਾਣੇ ਵਾਲੇ ਨੇ। ਅੱਜ ਜਦੋਂ ਮੈਂ 4th ਦਿਨ ਇੱਥੇ ਥਾਣੇ ਆਈ ਹਾਂ, ਤਾਂ ਮੈਨੂੰ ਦੇਖ ਕੇ SHO ਸਾਹਿਬ ਥਾਣਾ ਛੱਡ ਕੇ ਨੱਠ ਗਏ, ਮੁੰਸ਼ੀ ਵੀ ਥਾਣਾ ਛੱਡ ਕੇ ਨੱਠ ਗਏ। ਫਿਰ ਮੈਂ DSP ਨਾਲ ਗੱਲ ਕੀਤੀ, DSP ਨੂੰ ਸਮਝਾਇਆ ਕਿ ਸੋਲੀਟਰੀ ਸਟੇਟਮੈਂਟ ਸੈਕਚੁਅਲ ਹਰਾਸਮੈਂਟ 'ਚ ਸਫੀਸ਼ੈਂਟ ਹੈ, ਮੈਂ 28 ਜੁਡੀਸ਼ੀਅਲ ਆਫਿਸਰ ਰਹੀ ਹਾਂ, ਮੈਂ ਕੋਈ ਝੂਠ ਨਹੀਂ ਬੋਲਾਂਗੀ, ਤੁਸੀਂ ਮੇਰੀ ਸਟੇਟਮੈਂਟ ਦੇ ਉੱਤੇ ਜਿਹੜੀ ਮੈਂ ਰਿਟਨ ਕੰਪਲੇਂਟ ਦਿੱਤੀ 354A ਦਾ
परचा क्यों नहीं करते है, उन्होंने मैं कोई रिस्पोंस नहीं किया, कहते देखते हैं जी। फिर मैं एस एस पी खाक साहब न गल की कि मैं इंसाफ चाहिए भी, मैं एक लेडी हाँ जेदे एक रिप्यूटेड लेडी के उत्ते सैक्चुअली कलरफुल रिमार्क्स पास किए, अज तक परचा क्यों नहीं हो रहा, कहते जी असं इनकुआरी करांगे। मैं उन्होंने दसिया कि ट्रिपल बेंच सुप्रीम कोर्ट की अथॉरिटी है कि इन्होंने केसा च इनकुआरी की लड़ नहीं, क्योंकि विक्टम की कली की स्टेटमेंट सफिशेंट हैगी है, और स्पेशली मेरे वर्गी लेडी की जिन्हें कि एक रिप्यूटेड सीट पर काम किया एज ए जुडिशियल ऑफिसर, लेकिन उन्होंने मैं कोई जवाब नहीं दिता। और मैं इतने आके ये महसूस करती हाँ कि इतने पंजाब के भी इतने कपूरथले के पुलिस का कोई काम नहीं, पुलिस सिर्फ राणा साहब के इशारिया काम करती हैगी है, उस बंद का काम हों जिथे राणा साहब जी कहें इतने टोटली गुंडागर्दी हैगी है, वह गुंडागर्दी क्योंकि मैं थाने तक इतना पहुँचना पे अज मैं अपनी कंप्लेट में इस करके परस्यू किया कि इतने एक औरत बैठी है जिड़ी राणे के अगेंस्ट बोली, वो मूँह के उत्ते 45 जुत्तियों के वर्कर मार के गए, और मैं भी इनडायरैक्टली धमकी आई हैगी है कि जो हाल उस औरत का किया उही हाल मैडम मंजू राणा का किया जाऊगा। अज अगर मेरी FIR और मेरी कंप्लेट दबा लिती जाती है, मैं पूरा पता वा कि यह गुंडागर्दी जी शहर फैलाई गई है, वो जुत्तियां मेरे मुँह से भी मरवाइया जाएगियां, क्योंकि वह मैं इतों अपने वालों पता कि मैडम एक ऑनेस्ट सिंसियर तो बोल्ड लेडी है, वो इलैक्शनों तो डरे पे है, उन्होंने पता कि मैं जे अगे आना वो चाहते हैं कि मैं अब मेरी इज्जत के उत्ते जी गल आ रही हैगी है, इस करके अंदर अपने आप इत छड़ के कनेडा दौड़ गए हैगे ने, और चाहते हैं कि मैडम की कंप्लेट दब जाए, और पुलिस भी सारी उन्होंने नाल रली हुई है, वो मेरी कंप्लेट नू दबना चाहती है, लेकिन मैं इतने बैठी हाँ, मैं जब तक मेरी FIR रजिस्टर नहीं होंगी मैं इतों उठागी नहीं। अज हले तक इन्होंने मेरी कंप्लेट का नंबर तक नहीं लगाया है, इन्ना इतने राणे की गुंडागर्दी हैगी है। देश दुनिया की हर वड्डी खबर नाल जुड़े रहने लई साडे YouTube चैनल नू सबसक्राइब करो, नाल दी नाल हर नवी वीडियो दी नोटिफिकेशन लई बैल आइकन जरूर दबाओ। जेकर तुसी ये वीडियो Facebook ते देख रहे हो तो इसनू लाइक जरूर करो और ज्यादा तो ज्यादा शेयर भी करो। धन्यवाद।